ਸਾਤ੍ਰੀਕਲ ਸਾਰਿਆਂ ਨੂੰ ਮਾਸਟਰ ਕੇਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਚ ਲੈਕਚਰਰ ਦੀ ਭਰਤੀ ਸੰਬੰਧੀ ਦੋ ਤਿੰਨ ਬਹੁਤ ਹੀ ਅਹਿਮ ਅਪਡੇਟਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਸ ਦੇ ਵਿੱਚ ਕਿ ਸਭ ਤੋਂ ਪਹਿਲਾਂ ਤਾਂ ਕਿ ਜਿਹੜਾ ਲੈਕਚਰਰ ਦੀ ਭਰਤੀ ਦੇ ਸੰਬੰਧ ਦੇ ਵਿੱਚ ਪਿਛਲੇ ਦੋ ਤਿੰਨ ਦਿਨ ਤੋਂ ਕਾਫੀ ਰੌਲਾ ਪਿਆ ਕਿ ਭਰਤੀ ਰੱਦ ਹੋ ਕੇ ਨਵੀਂ ਭਰਤੀ ਆਊਗੀ ਤੇ ਕਿਹੜੇ ਕਿਹੜੇ ਸਬਜੈਕਟ ਦੀ ਭਰਤੀ ਆ ਸਕਦੀ ਹੈ ਤੇ ਕਿੰਨੀਆਂ-ਕਿੰਨੀਆਂ ਪੋਸਟਾਂ ਹੋ ਸਕਦੀਆਂ ਨੇ ਕਿਉਂਕਿ ਜਿਹੜੀ 343 ਵਾਲੀ ਭਰਤੀ ਐ ਉਹਦੇ ਵਿੱਚ ਤਾਂ ਸਿਰਫ 3 ਜਾਂ 4 ਸਬਜੈਕਟਾਂ ਦੀ ਹੀ ਭਰਤੀ ਆਈ ਸੀ ਤਾਂ ਹੁਣ ਜਿਹੜੇ ਕਿੰਨੇ ਸਬਜੈਕਟਾਂ ਦੀ ਭਰਤੀ ਆ ਸਕਦੀ ਐ ਤੇ ਜਾਂ ਫਿਰ ਜਿਹੜੀ ਹੁਣ ਭਰਤੀ ਜਾਂ ਫਿਰ ਇਹਨਾਂ ਪੋਸਟਾਂ ਦੇ ਵਿੱਚ ਹੀ ਵਾਅਦਾ ਕਰਕੇ ਪੋਰਟਲ ਨੂੰ ਦੁਬਾਰਾ ਓਪਨ ਕਰਕੇ ਜਿਹੜਾ ਅਪਲਾਈ ਕਰਾਇਆ ਜਾਊਗਾ ਨਵੇਂ ਕੈਂਡੀਡੇਟਸ ਤੋਂ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਦੂਸਰੀ ਵੱਡੀ ਅਪਡੇਟ ਇਹ ਹੋਊਗੀ ਜਿਸ ਦੇ ਵਿੱਚ ਕਿ ਜਿਹੜੀ ਲੈਕਚਰਰ ਦੀ ਨਵੀਂ ਭਰਤੀ ਆਊਗੀ ਉਹਦੇ ਵਿੱਚ ਰੂਲ ਆ ਜਿਹੜੇ ਉਹ ਕਿੰਨੇ ਕਿ ਚੇਂਜ ਕੀਤੇ ਜਾਣਗੇ ਕਿ ਕਿਹੜੀਆਂ ਕਿਹੜੀਆਂ ਨਵੀਆਂ ਸ਼ਰਤਾਂ ਲੱਗ ਸਕਦੀਆਂ ਨੇ ਤੇ ਕਿਉਂਕਿ ਜਿਵੇਂ ਇੱਕ ਖਾਸ ਕਰਕੇ ਜਿਵੇਂ ਐਸਐਸਟੀ ਵਾਲਾ ਕਾਫੀ ਰੋਲਾ ਪਿਆ ਹੋਇਆ ਕਿ ਐਸਐਸਟੀ ਨੂੰ ਕਨਸੀਡਰ ਕੀਤਾ ਜਾਊਗਾ ਜਾਂ ਨਹੀਂ ਕੀਤਾ ਜਾਊਗਾ ਅਤੇ ਤੀਸਰੀ ਤੇ ਸਭ ਤੋਂ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਕਿ ਜਿਹੜੇ ਲੈਕਚਰਰ ਦੀਆਂ ਟੋਟਲ ਪੰਜਾਬ ਦੇ ਵਿੱਚ ਜਿਹੜੇ ਜਿੰਨੇ ਵੀ ਲੈਕਚਰਰ ਜਿਹੜੇ ਸਕੂਲ ਹੈ ਉਹਨਾਂ ਦੇ ਵਿੱਚ ਕਿੰਨੀਆਂ ਪੋਸਟਾਂ ਕਿਹੜੇ ਸਬਜੈਕਟ ਦੀਆਂ ਖਾਲੀ ਪਈਆਂ ਨੇ ਉਹਦੀ ਜਾਣਕਾਰੀ ਤੁਹਾਡਾਂ ਨਾਲ ਸਾਂਝੀ ਕਰਾਂਗੇ ਕਿ ਕਿਹੜੇ ਸਬਜੈਕਟ ਦੀਆਂ ਕਿੰਨੀਆਂ ਪੋਸਟਾਂ ਖਾਲੀ ਨੇ ਅਤੇ ਟੋਟਲ ਪੰਜਾਬ ਦੇ ਵਿੱਚ ਕਿੰਨੀਆਂ ਪੋਸਟਾਂ ਖਾਲੀ ਨੇ ਲੈਕਚਰਰ ਦੀਆਂ ਇਹ ਜਿਹੜੇ ਅੰਕੜੇ ਨੇ ਆਪਣੇ ਕੋਲੇ ਐਜੂਕੇਸ਼ਨ ਡਿਪਾਰਟਮੈਂਟ ਬੋਰਡ ਬੋਰਡ ਦੇ ਅੰਕੜੇ ਨੇ ਤੇ ਹੋ ਸਕਦਾ ਕੋਈ ਥੋੜੇ ਬਹੁਤੇ ਉਨਿੱਕੀ ਹੋ ਜਾਣਾ ਪਰ ਅੰਕੜੇ ਬਿਲਕੁਲ ਸਟ੍ਰੀਕ ਹੋਣਗੇ ਤੇ ਇਹਨਾਂ ਤਿੰਨਾਂ ਅਪਡੇਟਸ ਬਾਰੇ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਇਸ ਕਰਕੇ ਜਿਹੜੇ-ਜਿਹੜੇ ਸਾਥੀ ਲੈਕਚਰਰ ਦੀ ਭਰਤੀ ਦੀ ਤਿਆਰੀ ਕਰ ਰਹੇ ਐ ਤੇ ਜੱਜ ਜਿਹੜੇ ਲੈਕਚਰਰ ਦੀ ਭਰਤੀ ਦਾ ਇਗਜ਼ਾਮ ਦੇਣਾ ਚਾਹੁੰਦੇ ਆ ਜਾਂ ਜਿਨ੍ਹਾਂ ਨੇ ਦੇਣਾ ਤਾਂ ਉਹ ਆਪਣੀ ਇਸ ਵੀਡੀਓ ਨੂੰ ਲਾਸਟ ਤੱਕ ਕੱਲਾ-ਕੱਲਾ ਸ਼ਬਦਾ ਜਿਹੜਾ ਉਹ ਧਿਆਨ ਨਾਲ ਸੁਣਿਓ ਤੁਹਾਨੂੰ ਕੱਲੀ-ਕੱਲੀ ਅੰਕੜੇ ਜਿਹੜੇ ਡੀਪਲੀ ਸਮਝਾਵਾਂਗੇ ਇਸ ਕਰਕੇ ਵੀਡੀਓ ਥੋੜੀ ਲੰਬੀ ਹੋਊਗੀ ਤੇ ਜਦੋਂ ਤੁਹਾਡਾ ਸਹੀ ਟਾਈਮ ਹੋਇਆ ਸਹੀ ਟਾਈਮ ਤੇ ਵੀਡੀਓ ਸੁਣਿਓ ਟਾਈਮ ਕੱਢ ਕੇ ਪ੍ਰੋਪਰ ਤੇ ਸਾਰੀ ਵੀਡੀਓ ਸੁਣਿਓ ਫਿਰ ਤੁਹਾਨੂੰ ਕੱਲੀ-ਕੱਲੀ ਗੱਲ ਬਾਰੇ ਪਤਾ ਚੱਲੂ ਤੇ ਦੂਸਰਾ ਜਿਹੜੇ ਸਾਥੀਆਂ ਨੂੰ ਲੱਗਦਾ ਕਿ ਉਹਨਾਂ ਦਾ ਟਾਈਮ ਖਰਾਬ ਹੋਊਗਾ ਜਾਂ ਇਨਫੋਰਮੇਸ਼ਨ ਜਿਹਨਾਂ ਨੂੰ ਨਹੀਂ ਚੰਗੀ ਲੱਗਦੀ ਫालतू ਕਮੈਂਟ ਕਰਨ ਦੀ ਬਜਾਏ ਮੇਰੇ ਚੈਨਲ ਤੇ ਕੋਈ ਪੁੱਠਾ ਸਿੱਧਾ ਕਮੈਂਟ ਨਾ ਕਰਿਓ ਤੇ ਆਪਦਾ ਚੁੱਪ ਕਰਕੇ ਚੈਨਲ ਨੂੰ ਕਰ ਦਿਓ ਅਨਸਬਸਕ੍ਰਾਈਬਰ ਮੈਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਨਹੀਂ ਤੇ ਜਿਨ੍ਹਾਂ ਨੂੰ ਲੱਗਦਾ ਸਾਡਾ ਟਾਈਮ ਖਰਾਬ ਕਰਦਾ ਉਹ ਮੇਰੀ ਵੀਡੀਓ ਨਾ ਦੇਖਿਓ ਇੱਕ ਗੱਲ ਤੁਹਾਡੇ ਨਾਲ ਵਾਦਾ ਕਰਦਾ ਇਹ ਵੀਡੀਓ ਤੁਹਾਡੇ ਲਈ ਬਹੁਤ ਹੈਲਪਫੁਲ ਰਹੂਗੀ ਤੇ ਤੁਹਾਡੇ ਲਈ ਵਧੀਆ ਜਾਣਕਾਰੀ ਵਾਲੀ ਹੋਊਗੀ ਤੇ ਵੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਜਿਹੜੇ ਸਾਥੀ ਚੈਨਲ ਤੇ ਨਵੇਂ ਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣਾ ਮਾਸਟਰ ਕੈਡਰ ਯੂਨੀਅਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਤੁਹਾਡੇ ਤੱਕ ਸਿੱਖਿਆ ਵਿਭਾਗ ਦੀ ਹਰ ਇੱਕ ਅਪਡੇਟ ਆ ਜਿਹੜੀ ਉਸ ਸਮੇਂ ਸਰ ਮਿਲਦੀ ਰਹੇ ਇੱਥੇ ਆਪਣੇ ਕੋਲੇ ਸਿੱਖਿਆ ਵਿਭਾਗ ਦੀ ਹਰ ਇੱਕ ਅਪਡੇਟ ਆ ਜਿਹੜੀ ਹੁੰਦੀ ਰਹਿੰਦੀ ਆ ਉਹਦੀ ਜਾਣਕਾਰੀ ਅੱਪਾ ਤੁਹਾਨੂੰ ਚੈਨਲ ਰਾਹੀਂ ਦਿੰਦੇ ਰਹਿੰਦੇ ਆ ਇਸ ਕਰਕੇ ਤੁਹਾਡੇ ਲਈ ਹੈਲਪਫੁਲ ਰਹੂਗਾ ਤੇ ਨਾਲ ਹੀ ਆਪਣਾ ਇੱਕ ਟੈਲੀਗ੍ਰਾਮ ਅਤੇ ਵਟਸਐਪ ਜਿਹੜੇ ਗਰੁੱਪ ਬਣੇ ਹੋਏ ਆ ਚੈਨਲ ਬਣੇ ਹੋਏ ਆ ਉਹਨਾਂ ਦੇ ਲਿੰਕ ਤੁਹਾਨੂੰ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਉਹ ਦੋਨਾਂ ਦੇ ਲਿੰਕ ਤੁਹਾਨੂੰ ਇੱਕ ਕਮੈਂਟ ਬਾਕਸ ਦੇ ਵਿੱਚ ਜਦੋਂ ਤੁਸੀਂ ਵੀਡੀਓ ਦੇ ਕਮੈਂਟਸ ਨੂੰ ਓਪਨ ਕਰੋਗੇ ਤਾਂ ਸਭ ਤੋਂ ਪਹਿਲੇ ਨੰਬਰ ਤੇ ਇੱਕ ਪਿੰਨ ਕੀਤਾ ਹੋਇਆ ਕਮੈਂਟ ਮਿਲੇਗਾ ਬਲੂ ਕਲਰ ਦੇ ਉਹਦੇ ਵਿੱਚ ਲਿੰਕ ਹੋਣਗੇ ਉਸ ਨੂੰ ਤੁਸੀਂ ਜੁਆਇਨ ਕਰ ਲਿਓ ਹੁਣ ਕਰਦੇ ਆਂ ਆਪਾਂ ਜਿਹੜੇ ਤੁਹਾਡੇ ਨਾਲ ਅਪਡੇਟਸ ਸਾਂਝੀਆਂ ਨੇ ਇੱਕ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਅਪਡੇਟਸ ਆ ਜਿਹੜੀ ਉਹ ਸਾਰਿਆਂ ਤੱਕ ਪਹੁੰਚ ਜਾਣ ਜਿਹੜੇ ਜਿਹੜੇ ਸਾਥੀ ਲੈਕਚਰਾਰ ਦੀ ਜਾਂ ਮਾਸਟਰ ਕਿਡਰ ਦੀ ਤਿਆਰੀ ਕਰ ਰਹੇ ਆ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਮੈਂ ਤੁਹਾਨੂੰ ਦੱਸ ਦਾਂ ਕਿ ਜਿਹੜਾ ਆਪਣੀ ਭਰਤੀ ਹੈ ਲੈਕਚਰਾਰ ਦੀ 343 ਪੋਸਟਾਂ ਦੀ ਇਹ ਭਰਤੀ ਆ ਜਿਹੜੀ ਇਹ 16 12 2021 ਨੂੰ ਇਹਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਜਾਨੀ ਕਿ ਅਖਬਾਰ ਦੇ ਵਿੱਚ ਐਡਵਰਟਾਈਜ਼ਮੈਂਟ ਆਈ ਸੀ 16 12 2021 ਅੱਜ ਤੋਂ ਲਗਭਗ ਪੌਣੇ 2 ਸਾਲ ਪਹਿਲਾਂ ਪੌਣੇ 2 ਸਾਲ ਪਹਿਲਾਂ ਦੀ ਆਈ ਹੋਈ ਭਰਤੀ ਇਹ ਸੇਮ ਡੇਟ ਭਰਤੀ ਆਈਆਂ ਸੀ ਮਾਸਟਰ ਕੇਡਰ 43 ਕਾਟਾ ਲੈਕਚਰਰ 343 ਅਤੇ 250 ਪੋਸਟ ਆਈ ਸੀਗੀ ਜਿਹੜੀ ਆਰਟ ਐਂਡ ਕ્રાਫਟ ਦੀ ਨਾ ਤਾਂ ਹਲੇ ਤੱਕ ਆਰਟ ਐਂਡ ਕ્રાਫਟ ਦਾ ਕੁਝ ਹੋਇਆ ਤੇ ਨਾ 343 ਪੋਸਟਾਂ ਦਾ ਕੁਝ ਹੋਇਆ ਤਾਂ ਇਹ ਭਰਤੀ 16 12 ਨੂੰ ਅਖਬਾਰ ਤੇ ਐਡਵਰਟਾਈਜ਼ਮੈਂਟ ਹੋਈ ਸੀ ਤੇ ਇੱਕ ਸੌਰੀ 8 1 2022 ਨੂੰ ਇਹਦਾ ਪਬਲਿਕ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀਗਾ ਜਿਦੇ ਵਿੱਚ ਪ੍ਰੋਪਰ ਜਿਹੜੀ ਸੀਟਾਂ ਦੀ ਵੰਡ ਜਾਂ ਸਬਜੈਕਟ ਵਾਈਜ਼ ਵੰਡ ਦੱਸੀ ਗਈ ਸੀ ਤਾਂ ਉਹ ਨੋਟੀਫਿਕੇਸ਼ਨ ਆ ਜਿਹੜਾ ਉਹ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ 8 1 2022 ਨੂੰ ਜਾਰੀ ਹੋ ਗਿਆ ਸੀਗਾ ਜਿਦੇ ਵਿੱਚ ਕਿ ਟੋਟਲ 4 ਪੰਜ ਵਿਕਟਰ ਦੀਆਂ ਪੋਸਟਾਂ ਆਈਆਂ ਸੀ ਜਿਦੇ ਵਿੱਚ ਇਕਨੋਮਿਕਸ ਦੀਆਂ 18 ਪੋਸਟਾਂ ਸੀ ਟੋਟਲ ਤੇ ਇਸ ਤੋਂ ਬਾਅਦ ਜਿਹੜੀਆਂ ਕਮਰਸ ਦੀਆਂ 43 ਪੋਸਟਾਂ ਸੀਗੀਆਂ ਤੇ ਇਸ ਤੋਂ ਬਾਅਦ ਮੈਥਮੈਟਿਕਸ ਦੀਆਂ 68 ਪੋਸਟਾਂ ਸੀ ਅਤੇ ਜਿਹੜੀਆਂ ਹਿਸਟਰੀ ਦੀ ਸਭ ਤੋਂ ਜ਼ਿਆਦਾ ਪੋਸਟਾਂ ਸੀ ਫਰੈਸ਼ ਅਤੇ ਬੈਕਲੌਗ ਦੀਆਂ ਟੋਟਲ 142 ਪੋਸਟਾਂ ਸੀ ਜਿਦੇ ਵਿੱਚ ਕਿ 130 ਫਰੈਸ਼ ਅਤੇ 12 ਬੈਕਲੌਗ ਇਸ ਤੋਂ ਬਿਨਾ ਇਹਦੇ ਵਿੱਚ ਪੋਲੀਟੀਕਲ ਸਾਇੰਸ ਦੀਆਂ 72 ਪੋਸਟ ਸੀ 72 ਪੋਸਟਾਂ ਸੀਗੀਆਂ ਤਾਂ ਇਹ ਸਾਰੀਆਂ ਉਹ ਪੋਸਟਾਂ ਸੀਗੀਆਂ ਜਿਨ੍ਹਾਂ ਦੀ ਭਰਤੀ ਜਿਹੜੀ ਆਈ ਸੀਗੀ ਯਾਨੀ ਕਿ ਟੋਟਲ 343 ਪੋਸਟਾਂ ਦੀ ਭਰਤੀ ਆਈ ਸੀ ਤੇ ਕੁਝ ਕੁ ਬੈਕਲੌਗ ਪੋਸਟਾਂ ਸੀ ਇਹਦੇ ਵਿੱਚ ਤਾ کافی سارے ਆ ਜਿਵੇਂ ਕਿ ਕੱਲ ਜਿਹੜੀ ਯੂਨੀਅਨ ਦੀ ਮੀਟਿੰਗ ਹੋਈ ਆ ਹਾਲਾਂਕਿ کافی سارے ਸਾਥੀ ਜਿਹੜੇ ਯੂਨੀਅਨ ਤੇ ਵੀ ਅਲੀਕੇਸ਼ਨ ਲਾ ਰਹੇ ਨੇ ਕਿ ਤੁਹਾਡੇ ਕਰਕੇ ਭਰਤੀ ਰੱਦ ਹੋਈ ਆ ਤੁਹਾਡੇ ਕਰਕੇ ਹੋਈ ਆ ਪਰ ਇਹਦੇ ਵਿੱਚ ਹਾਲਾਂਕਿ ਯੂਨੀਅਨ ਆ ਜਿਹੜੀ SSC ਨੂੰ ਕੰਸੀਡਰ ਕਰਾਉਣ ਦੇ ਲਈ ਤਾਂ ਬਿਲਕੁਲ ਉੱਥੇ ਜਿਹੜਾ ਮੰਨ ਲਓ ਸਿਕਿਆ ਮੰਤਰੀਆ ਮੀਟਿੰਗ ਕਰਦੇ ਰਹੀ ਹੈ ਗੱਲਬਾਤ ਕਰਦੇ ਰਹੀ ਹੈ ਪਰ ਇੱਕ ਗੱਲ ਤੁਸੀਂ ਸੋਚੋ ਜੇ ਯੂਨੀਅਨ ਦੀ ਇੰਨੀ ਚੱਲਦੀ ਹੋਵੇ ਤਾਂ ਫਿਰ 55% ਵਾਲੀ ਸ਼ਰਤ ਤਾਂ ਫਿਰ ਤੀਜੇ ਦਰ ਰੱਦ ਹੋ ਜੇ ਫਿਰ ਯੂਨੀਅਨ ਦੇ ਕੈਂਡ ਤੇ ਤਾਂ ਭਰਤੀ ਬਹੁਤ ਜਲਦੀ ਰੱਦ ਹੋ ਕੇ ਨਵੀਂ ਭਰਤੀ ਆ ਜੇ ਜਾਂ ਨਵੀਂ ਭਰਤੀ ਮਾਸਟਰ ਕੈਡਰ ਦੀ ਆ ਜੇ ਤਾਂ ਜਿਹੜਾ ਕੰਮ ਸਰਕਾਰ ਨਹੀਂ ਕਰ ਰਹੰਦਾ ਉਹ ਦੇਖੋ ਯੂਨੀਅਨ ਨਹੀਂ ਕਰ ਸਕਦੀ ਜਿਹੜੇ ਇਸ ਕਈ ਸਾਥੀ ਮੇਰੀ ਵੀ ਵੀਡੀਓ ਦੇ ਨੀਚੇ ਕਮੈਂਟ ਕਰਦੇ ਸੀ ਕਿ ਯੂਨੀਅਨ ਕਰਕੇ ਭਰਤੀ ਰੱਦ ਹੋਈ ਹੈ ਯੂਨੀਅਨ ਨੇ ਕਰਵਾਈ ਹੈ ਤਾਂ ਇਹਦੇ ਵਿੱਚ ਯੂਨੀਅਨ ਦਾ ਰੋਲ ਤੁਸੀਂ ਨਹੀਂ ਕਹਿ ਸਕਦੇ ਹਾਲਾਂਕਿ ਇਹ ਹੋ ਸਕਦਾ ਹੈ ਚਲੋ ਬੀਓਐਸਐਸਟੀ ਨੂੰ ਕਨਸੀਡਰ ਕਰਾਉਣ ਦੇ ਲਈ ਆਪਣੇ ਲੜ ਰਹੇ ਸੀਗੇ ਤਾਂ ਉਹਨਾਂ ਦਾ ਰੋਲ ਹੈ ਕਿ ਕਿਦਾਂ ਵੀ ਉਹਨਾਂ ਦਾ ਰੋਲ ਭਰਤੀ ਰੱਦ ਕਰਾਉਣ 'ਚ ਤਾਂ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਯੂਨੀਅਨ ਦੀ ਐਡੀ ਬਹੁਤੀ ਪਹੁੰਚ ਨਹੀਂ ਹੁੰਦੀ ਕਿ ਭਰਤੀ ਰੱਦ ਹੋ ਜਾਏ ਸਰਕਾਰ ਨੇ ਆਪਣੇ ਦੌਰ ਤੇ ਭਰਤੀ ਰੱਦ ਕੀਤੀ ਹੈ ਤਾਂ ਹੁਣ ਸਭ ਤੋਂ ਵੱਡਾ ਸਵਾਲ ਆ ਜਿਹੜਾ ਉਹ ਉਹਨਾਂ ਸਾਥੀਆਂ ਲਈ ਪੈਦਾ ਹੋ ਗਿਆ ਜਿਹੜੇ ਸਾਥੀ ਜਦੋਂ 2021 'ਚ ਨੋਟੀਫਿਕੇਸ਼ਨ ਆਇਆ 22 'ਚ ਉਦੋਂ ਤਾਂ ਉਹਨਾਂ ਨੇ ਅਪਲਾਈ ਕਰਤਾ ਮੰਨ ਲਓ ਉਹਨਾਂ ਦੀ ਉਮਰ ਆ ਜਿਹੜੀ 37 ਸਾਲ ਸੀ ਜਾਂ 42 ਸਾਲ ਤਾਂ ਹੁਣ ਜਿਹਦੇ 2 ਸਾਲਾਂ ਬਾਅਦ ਜੇਕਰ ਇਹ ਨੋਟੀਫਿਕੇਸ਼ਨ ਦੁਬਾਰਾ ਤੋਂ ਆਦਾ 1000 ਪੋਸਟ ਉਹਨਾਂ ਨੇ ਕਿਹਾ ਕਿ ਅਸੀਂ ਲਗਭਗ ਤਿੱਗਣੀਆਂ ਪੋਸਟਾਂ ਦੇ ਰਹੇ ਹਾਂ ਯਾਨੀ ਕਿ 343 ਜਾਂ ਕੁਝ ਕੁ ਪੋਸਟਾਂ ਹੋਰ ਨੇ ਤਾਂ 1000 ਦੇ ਅਪਰੋਕਸੀਮੇਟ ਪੋਸਟਾਂ ਜਿਹੜੀ ਉਹ ਨਵੀਂ ਆਊਗੀ ਤੇ ਵੀ ਜਦੋਂ ਨਵੀਂ ਪੋਸਟ ਆਊਗੀ ਦੁਬਾਰਾ ਨੋਟੀਫਿਕੇਸ਼ਨ ਜਾ ਰਿਹਾਗਾ ਤਾਂ ਉਹਦੇ ਤੇ ਤਾਂ ਉਹ ਓਵਰੇਜ ਹੋ ਜਾਣਗੇ ਸਾਥੀ ਜਿਹੜੇ ਸਾਥੀਆਂ ਨੇ ਪਹਿਲਾਂ ਅਪਲਾਈ ਕੀਤਾ ਹੋਇਆ ਤਾਂ ਦੂਸਰਾ ਇਹ ਵੀ ਥੋੜਾ 1000 1000 ਰੁਪਏ ਤਾਂ ਆਪਣਾ ਪਹਿਲਾਂ ਦਾ ਗਿਆ ਹੋਇਆ ਤੇ ਹੁਣ ਨਵਾਂ ਨੁਕਸਾਨ ਹੋਊਗਾ ਤਾਂ ਉਹਨਾਂ ਲਈ ਇੱਕ ਅਸੀਂ ਯੂਨੀਅਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇਕਰ ਨਵਾਂ ਨੋਟੀਫਿਕੇਸ਼ਨ ਜਾਰੀ ਹੁੰਦਾ ਤਾਂ ਉਹਨਾਂ ਸਾਥੀਆਂ ਨੂੰ ਪਹਿਲ ਦੇ ਆਧਾਰ ਤੇ ਮੌਕਾ ਦਿੱਤਾ ਜਾਣਾ ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਹੋਇਆ ਸੀ ਤੇ ਪੇਪਰ ਦੇਣ ਦਾ ਮੌਕਾ ਨਹੀਂ ਮਿਲਿਆ ਤਾਂ ਬੇਸ਼ੱਕ ਉਹ ਓਵਰੇਜ ਹੋ ਚੁੱਕੇ ਨੇ ਪਰ ਉਹਨਾਂ ਨੂੰ ਮੌਕਾ ਮਿਲੇ ਪਰ ਇੱਥੇ ਨਾਲ ਨਾਲ ਡਿਪਾਰਟਮੈਂਟ ਵੱਲੋਂ ਵੀ ਕਈ ਅਪਡੇਟਸ ਇਦਾਂ ਦੀ ਆ ਰਹੀਆਂ ਨੇ ਕਿ ਕਿਤੇ ਨਾ ਕਿਤੇ 1% ਇਹ ਵੀ ਜਿਹੜਾ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਜਿਹੜੇ ਇਹ ਭਰਤੀ ਹੈ 343 ਹੋ ਸਕਦਾ ਇਹਨਾਂ ਪੋਸਟਾਂ ਦੇ ਵਿੱਚ ਹੀ ਵਾਅਦਾ ਕਰਕੇ ਜਿਹੜਾ ਪੋਰਟਲ ਨੂੰ ਦੁਬਾਰਾ ਤੋਂ ਓਪਨ ਕੀਤਾ ਜਾ ਸਕਦਾ ਹੈ ਪਰ ਇੱਥੇ ਇੱਕ ਪੰਗਾ ਹੋ ਰਿਹਾ ੜਦਾ ਕਿਉਂਕਿ ਇਹ ਸਿਰਫ ਪੰਜ ਸਬਜੈਕਟਾਂ ਦੀ ਪੋਸਟ ਆਈਆਂ ਨੇ ਤਾਂ ਇਸ ਵਾਰ ਭਰਤੀ ਹੈ ਜਿਹੜੀ ਉਹ ਨਵੇਂ ਸਬਜੈਕਟਾਂ ਦੇ ਵੀ ਆਉਣੀਆਂ ਜਿਵੇਂ ਕਿ ਪੰਜਾਬੀ ਇੰਗਲਿਸ਼ ਤੇ ਹੋਰ ਜਿਹੜੇ ਪੰਜ ਸੱਤ ਸਬਜੈਕਟ ਨੇ ਮੈਂ ਤੁਹਾਨੂੰ ਵੀਡੀਓ ਦੇ ਐਂਡ 'ਚ ਦੱਸੂਗਾ ਕਿ ਕਿਹੜੇ-ਕਿਹੜੇ ਸਬਜੈਕਟ ਦੀਆਂ ਪੋਸਟਾਂ ਖਾਲੀ ਪਈਆਂ ਨੇ ਤਾਂ ਇਹ ਤਾਂ ਸੰਭ 可能 ਹੈ ਨਵੀਂ ਪ੍ਰਾਣੇ ਨੋਟੀਫਿਕੇਸ਼ਨ ਤੇ ਜਿਹੜਾ ਪੋਸਟਾਂ ਦੇ ਵਿੱਚ ਵਾਅਦਾ ਕੀਤਾ ਜਾਊਗਾ ਤਾਂ ਹੁਣ ਮੈਂ ਇਹਦਾ ਸੀਗੀ ਅ ਵੀ ਸਭ ਤੋਂ ਪਹਿਲੇ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਇੱਕ ਤਾਂ ਜਿਹੜੇ ਓਵਰੇਜ ਸਾਥੀ ਹੋ ਚੁੱਕੇ ਨੇ ਉਹਨਾਂ ਲਈ ਜੁਨੀਅਨ ਦਬਾਅ ਪਾਵੇ ਸਰਕਾਰ ਤੇ ਤਾਂ ਕਿ ਜਿਹੜਾ ਉਹਨਾਂ ਨੂੰ ਦੁਆਰਾ ਜਿਕਰ ਪੋਸਟਾਂ ਆਉਂਦੀਆਂ ਨੇ ਕਿਉਂਕਿ ਲਗਭਗ ਡੇਢ ਮਹੀਨੇ ਦੇ ਤੱਕ ਤੱਕ ਜਿਹੜਾ ਨਵੰਬਰ ਤੱਕ ਆ ਪੋਸਟਾਂ ਦਾ ਜਿਹੜਾ ਪੋਰਟਲ ਹੈ ਨਵੰਬਰ ਦੇ ਐਂਡ ਤੱਕ ਸ਼ਾਇਦ ਪੋਸਟਾਂ ਦਾ ਨੋਟੀਫਿਕੇਸ਼ਨ ਜਿਹੜਾ ਐਡਵਰਟਾਈਜ਼ਮੈਂਟ ਜਾਰੀ ਹੋ ਸਕਦੀ ਹੈ ਸਰਕਾਰ ਦੇ ਵੱਲੋਂ ਕਿਉਂਕਿ ਇਹ ਵੀ ਦੇਖਣਾ ਪਊਗਾ ਕਿ ਐਮਪੀ ਦੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਫਰਵਰੀ ਤੱਕ ਜਿਹੜਾ ਕੋਡ ਆਫ ਕੰਡਕਟ ਲੱਗ ਜਾਊਗਾ ਅਪਰੋਕਸੀਮੇਟ ਜਿਹੜਾ ਫ ਤਾਂ ਨਵੰਬਰ ਦੇ ਲਾਸਟ ਤੱਕ ਜਿਹੜਾ ਨੋਟੀਫਿਕੇਸ਼ਨ ਆ ਉਹ ਲੈਕਚਰਰ ਦੀ ਭਰਤੀ ਦਾ ਜਾਰੀ ਹੋ ਸਕਦਾ ਹੈ ਤੇ ਇਹਦੇ ਵਿੱਚ ਕਾਫੀ ਸਾਰੇ ਨਵੇਂ ਸਬਜੈਕਟ ਨੇ ਜਿਨ੍ਹਾਂ ਦੀਆਂ ਨਵੀਆਂ ਪੋਸਟਾਂ ਆਉਣਗੀਆਂ ਇਹ ਬਿਲਕੁਲ ਗੱਲ ਸਪਸ਼ਟ ਹੈ ਤਾਂ ਹੁਣ ਇਹਦੇ ਰੂਲ ਕਿਹੜੇ-ਕਿਹੜੇ ਹੋ ਸਕਦੇ ਆ ਕਿਉਂਕਿ ਸਭ ਤੋਂ ਵੱਡਾ ਰੌਲਾ ਤਾਂ ਇਹਦੇ ਵਿੱਚ ਰੂਲ ਦਾ ਪਿਆ ਹੋਇਆ ਇੱਕ ਤਾਂ ਕਾਫੀ ਸਾਰੇ ਸਾਥੀਆਂ ਦੇ ਮੈਸੇਜ ਆ ਰਹੇ ਸੀਗੇ ਕਿ ਸਾਰਾ ਜਿਹੜੇ 55% ਦੀ ਸ਼ਰਤਾਂ ਵੈਸੇ ਤਾਂ ਸਭ ਨੂੰ ਪਤਾ ਹੀ ਆ ਕਿ 55% ਦੀ ਸ਼ਰਤਾਂ ਜਿਹੜੇ ਉਹ ਲੈਕਚਰਰ ਦੀ ਭਰਤੀ ਤੇ ਲੱਗੀ ہوئی ਹੈ ਤੇ 55% ਦੀ ਸ਼ਰਤ ਲੱਗੀ ਹੀ ਰਹੂਗੀ ਕਿਉਂਕਿ ਜਦੋਂ ਕੱਲ ਨਾ ਇੱਕ ਮੀਟਿੰਗ ਹੋਈ ਆ ਪਰਸੋਂ ਯੂਨੀਅਨ ਦੀ ਤਾਂ ਉੱਥੇ ਸਿੱਖਿਆ ਮੰਤਰੀ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਰੂਲ ਜਿਹੜੇ ਰੂਲ ਬਣਾਉਣੇ ਆ ਲੈਕਚਰਰ ਭਰਤੀ ਦੇ ਨਵੇਂ ਤਾਂ ਉਹਦੇ ਲਈ ਇੱਕ ਕਮੇਟੀ ਬਿਠਾਈ ਹੋਈ ਹੈ ਇੱਕ ਮਹੀਨੇ ਦੇ ਵਿੱਚ ਵਿੱਚ ਕਮੇਟੀ ਨੇ ਸਾਨੂੰ ਉਹ ਸਾਰੇ ਜਿਹੜੇ ਰੂਲ ਬਣਾਉਣੇ ਆ ਉਹ ਉਹਦੀ ਰਿਪੋਰਟ ਦੇਣੀ ਆ ਤਾਂ ਹੋ ਸਕਦਾ ਕੁਝ ਕੁ ਰੂਲ ਆ ਜਿਹੜੇ ਚੇਂਜ ਹੋ ਸਕਦੇ ਆ ਜਿਵੇਂ ਕਿ ਐਸਐਸਟੀ ਨੂੰ ਕਨਸੀਡਰ ਕਰਨਾ ਜਾਂ ਨਹੀਂ ਕਰਨਾ ਇਹ ਤਾਂ ਉਹਦੇ ਖੁਦ ਡਿਪਾਰਟਮੈਂਟ ਦੇ ਨੇ ਦੇਖਣਾ ਹੈ ਪਰ ਹਾਂ ਹੋ ਸਕਦਾ ਹੈ ਕਿ ਭਰਤੀ ਇਸੇ ਗੱਲੋਂ ਜਿਹੜੀ ਦੁਆਰਾ ਆਵੇ ਕੈਸ ਸਸਟੇਨੂ ਕਨਸਿਡਰ ਕਰਕੇ ਹੀ ਨਵੇਂ ਰੋਲ ਬਣਾਏ ਜਾਣ ਵੈਸੇ ਤਾਂ ਬਾਕੀ ਸਾਰਿਆਂ ਨੂੰ ਪਤਾ ਕਿ ਸਬਜੈਕਟਰ ਦੀ ਤੁਹਾਡੇ ਐਮਏ ਹੋਣੀ ਚਾਹੀਦੀ ਹੈ ਤੇ 55% ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚੋਂ ਨੰਬਰ ਹੋਣੇ ਚਾਹੀਦੇ ਆ ਤੇ ਤੀਸਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਕਈ ਸਾਥੀ ਕਹਿੰਦੇ ਨੇ ਪੰਜਾਬੀ ਦਾ ਪੇਪਰ ਪੰਜਾਬੀ ਦਾ ਪੇਪਰ ਜਿਹੜਾ ਲੈਕਚਰਰ ਦਾ ਨਹੀਂ ਹੋਣਾ ਨਹੀਂ ਹੋਣਾ ਕਿਉਂਕਿ ਇਹ ਬੀ ਗ੍ਰੇਡ ਪੋਸਟ ਹੈ ਇਹਦੇ ਵਿੱਚ ਮੈਂ ਤੁਹਾਨੂੰ ਉੱਪਰ ਵੀ ਦਿਖਾ ਦਿੰਦਾ ਆ ਤੁਸੀਂ ਦੇਖੋ ਸਕਰੀਨ ਤੇ ਤਾਂ ਸੌਰੀ ਇੱਥੇ ਨਹੀਂ ਲਿਖਿਆ ਇੱਕ ਜਗ੍ਹਾ ਤੇ ਹੋਰ ਦਿੱਤਾ ਹੋਇਆ ਹੈ ਕਿ ਜਿਹੜੀ ਗਰੁੱਪ ਬੀ ਦੀ ਪੋਸਟ ਹੈ ਲੈਕਚਰਰ ਤੇ ਜਿਹੜਾ ਮਾਸਟਰ ਕੁਕ ਹੈ ਉਹ ਗਰੁੱਪ ਸੀ ਹੈ ਤੇ ਮਾਸਟਰ ਕੁਕਰ ਦੇ ਵਿੱਚ ਪੰਜਾਬੀ ਦਾ ਪੇਪਰ ਹੋਊਗਾ ਪਰ ਲੈਕਚਰਰ ਦੇ ਵਿੱਚ ਪੰਜਾਬੀ ਦਾ ਪੇਪਰ ਹੈ ਜਿਹੜਾ ਉਹ ਨਹੀਂ ਹੋਣਾ ਤਾਂ ਇਹਦੇ ਵਿੱਚ ਜਿਹੜਾ ਆਪਣਾ ਸੀਗਾ ਕਿ ਰੂਲ ਕਿਹੜੇ-ਕਿਹੜੇ ਚੇਂਜ ਹੋ ਸਕਦੇ ਆ ਬਾਕੀ ਤਾਂ ਜੋ ਰੂਲ ਚਲੋ ਸੇਮ ਰਹਿ ਸਕਦੇ ਆ ਸਿਰਫ ਇੱਕ ਜਿਹੜਾ ਇਹਦੇ ਵਾਲਾ ਆਪਣਾ ਹਿਸਟਰੀ ਵਾਲਾ ਜਿਵੇਂ ਟੀਚਿੰਗ ਆਫ ਸਬਜੈਕਟ ਜਿਹੜਾ ਹਿਸਟਰੀ ਪੋਲੀਟੀਕਲ ਇਕਨੋਮਿਕਸ ਜੀਓਗ੍ਰਾਫੀ ਹੈ ਇਹਦੀ ਜਗ੍ਹਾ ਤੇ ਹੁਣ ਜਿਹੜੇ ਰੂਲ ਹੈ ਉਹ ਸ਼ਾਇਦ ਸੋਸ਼ਲ ਸਟਡੀ ਹੋ ਸਕਦਾ ਤੇ ਬਾਕੀ ਸਬਜੈਕਟਾਂ ਵਿੱਚ ਵੀ ਹੋ ਸਕਦਾ ਥੋੜੇ ਬਹੁਤੇ ਰੂਲ ਹੈ ਜਿਹੜੇ ਉਹ ਚੇਂਜ ਹੋ ਸਕਦੇ ਆ ਤਾਂ ਇਹ ਸੀ ਰੂਲਾਂ ਦੇ ਸੰਬੰਧੀ ਅਪਡੇਟਸ ਬਾਕੀ ਜਿਹੜੇ ਸਾਥੀ ਕਹਿੰਦੇ ਕਿ 55% ਤਾਂ 55% ਦੀ ਸ਼ਰਤ ਤਾਂ ਪਿਛਲੀ ਵਾਰ ਤੋਂ ਵੀ ਭਰਤੀ ਦੇ ਵਿੱਚ ਹੈਗੀ ਸੀ ਜਿਵੇਂ ਮੈਂ ਤੁਹਾਨੂੰ ਸਕਰੀਨ ਤੇ ਵੀ ਦਿਖਾਇਆ ਪਹਿਲਾਂ ਵੀ ਕਿ 55% ਦਾ ਇਹਦੇ ਵਿੱਚ ਸਪੈਸ਼ਲ ਲਿਖਿਆ ਹੋਇਆ ਤੁਸੀਂ ਆ ਦੇਖੋ ਪੋਲੀਟੀਕਲ ਦੇ ਛੋਟਾ ਹੈ ਪਾਸਟਾਈਮ ਇਨ ਪੋਲੀਟੀਕਲ ਸਾਇੰਸ ਐਟ ਲੀਸਟ ਵਿਦ 55% ਮਾਰਕਸ ਤਾਂ ਤੁਹਾਡੇ ਜਿਹੜੇ 55% ਨੰਬਰ ਨੇ ਐਮਏ ਪੋਲੀਟੀਕਲ ਦੇ ਵਿੱਚੋਂ 55% ਹੋਣੇ ਚਾਹੀਦੇ ਆ ਤਾਂ ਤੁਹਾਡੇ ਜਿਹੜੇ ਮਾਸਟਰ ਡਿਗਰੀ ਉਹਦੇ ਵਿੱਚ 55% ਨੰਬਰ ਹੋਣੇ ਚਾਹੀਦੇ ਆ ਤੁਹਾਡੇ ਤੇ ਦੂਸਰਾ ਹੁਣ ਮੈਂ ਤੁਹਾਨੂੰ ਜਾਣਕਾਰੀ ਦਿੰਨਾ ਜਿਹੜਾ ਉਹ ਖਾਲੀ ਪੋਸਟਾਂ ਸੰਬੰਧੀ ਮੈਂ ਦੱਸਿਆ ਸੀ ਕਿ ਖਾਲੀ ਪੋਸਟਾਂ ਕਿਹੜੇ-ਕਿਹੜੇ ਸਬਜੈਕਟ ਦੇ ਆ ਕਿੰਨੀਆਂ-ਕਿੰਨੀਆਂ ਪੋਸਟਾਂ ਖਾਲੀ ਪਈਆਂ ਨੇ ਕਿਉ ਸਭ ਤੋਂ ਜ਼ਿਆਦਾ ਪੋਸਟਾਂ ਪੰਜਾਬੀ ਦੀਆਂ ਖਾਲੀ ਪਈਆਂ ਨੇ ਤੇ ਇਹ ਵੀ ਗੱਲ ਗਰੰਟਡ ਹੈ ਵੀ ਪੰਜਾਬੀ ਦੀ ਭਰਤੀ ਵੱਡੀ ਭਰਤੀ ਲੈਕਚਰਰ ਦੇ ਵਿੱਚ ਆਊਗੀ ਤੇ ਜਿਹੜਾ 1000 ਪੋਸਟਾਂ ਦੀ ਗੱਲ ਕਰ ਰਹੇ ਆ ਤੇ ਨਵੰਬਰ ਦੇ ਐਂਡ ਤੱਕ ਜਿਹੜੀ ਉਹ ਪੋਸਟ ਆਜੂਗੀ ਉਹ ਹੁਣ ਤੁਸੀਂ ਸੁਣੋ ਉਹ ਖਾਲੀ ਪੋਸਟਾਂ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਵਿੱਚ ਜੋ ਖਾਲੀ ਅਸਾਮੀਆਂ ਦਾ ਵੇਰਵਾ ਉਹਦੇ ਸਬੰਧੀ ਇੱਕ ਨਵੀਂ ਅਪਡੇਟ ਆਈ ਹੈ ਲਗਭਗ 3500 ਅਸਾਮੀਆਂ ਜਿਹੜੀਆਂ ਖਾਲੀ ਪਈਆਂ ਨੇ ਆਪਾਂ ਵੀਡੀਓ 'ਚ ਸਬਜੈਕਟ ਵਾਈਜ਼ ਤੁਹਾਨੂੰ ਦੱਸਾਂਗੇ ਕਿ ਕਿਹੜੇ-ਕਿਹੜੇ ਸਬਜੈਕਟ ਦੀਆਂ ਜਿਹੜੀਆਂ ਕਿੰਨੀਆਂ ਪੋਸਟਾਂ ਨੇ ਉਹ ਖਾਲੀ ਪਈਆਂ ਨੇ ਇਹਦੇ ਵਿੱਚ ਪੰਜਾਬੀ ਦੀਆਂ ਸਭ ਤੋਂ ਜ਼ਿਆਦਾ ਪੋਸਟਾਂ ਖਾਲੀ ਨੇ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੁਣ ਈ-ਪੋਰਟਲ ਉਹ ਜਿਹੜਾ ਓਪਨ ਹੋਇਆ ਹੋਇਆ ਹੈ ਬਦਲਿਆਂ ਦੇ ਸਬੰਧ ਦੇ ਵਿੱਚ ਤਾਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਲੈਕਚਰਾਰਾਂ ਦੀਆਂ ਜਿਹੜੀਆਂ ਖਾਲੀ ਪੋਸਟਾਂ ਨੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀ ਕੈਲਕੂਲੇਸ਼ਨ ਉਹ ਦਰਸਾਈ ਗਈ ਹੈ ਆਪਣੇ ਕੋਲੇ ਉਹਦੀ ਅਪਡੇਟ ਪਹੁੰਚੀ ਹੈ ਤਾ ਕੁੱਲ ਮਿਲਾ ਕੇ ਇਹ 3500 ਪੋਸਟਾਂ ਜਿਹੜੀ ਲਗਭਗ ਉਹ ਖਾਲੀ ਪਈਆਂ ਲੈਕਚਰਾਰਾਂ ਦੀ ਜਿਹਦੇ ਵਿੱਚ ਮਾਤ ਭਾਸ਼ਾ ਪੰਜਾਬੀ ਦੀਆਂ ਸਭ ਤੋਂ ਜ਼ਿਆਦਾ ਪੋਸਟਾਂ ਜਿਹੜੀਆਂ ਉਹ ਖਾਲੀ ਨੇ ਅਸੀਂ ਤੁਹਾਨੂੰ ਸਬਜੈਕਟ ਵਾਈਜ਼ ਹੁਣ ਕੈਲਕੂਲੇਸ਼ਨ ਦੱਸਦੇ ਆਂ ਤਾਂ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤਾਂ ਪੰਜਾਬੀ ਦੀਆਂ ਜਿਹੜੀਆਂ ਲਗਭਗ 700 ਦੇ ਤਕਰੀਬਨ ਪੋਸਟਾਂ ਜਿਹੜੀਆਂ ਲੈਕਚਰਾਰ ਦੀਆਂ ਉਹ ਖਾਲੀ ਪਈਆਂ ਨੇ ਪੰਜਾਬੀ ਦੀਆਂ 695 ਪੋਸਟਾਂ ਇਸ ਤੋਂ ਬਾਅਦ ਸਭ ਤੋਂ ਜ਼ਿਆਦਾ ਪੋਸਟਾਂ ਇੰਗਲਿਸ਼ ਦੀਆਂ ਨੇ ਜਿਹਦੇ ਵਿੱਚ ਕਿ 655 ਪੋਸਟਾਂ ਲੈਕਚਰਰਾਂ ਦੀਆਂ ਖਾਲੀ ਪਈਆਂ ਨੇ ਹਿਸਟਰੀ ਦੀਆਂ 401 ਪੋਸਟਾਂ ਜਿਹੜੀ ਉਹ ਖਾਲੀ ਐ ਇਸੇ ਤਰ੍ਹਾਂ ਪੋਲੀਟੀਕਲ ਸਾਇੰਸ ਲੈਕਚਰਰਾਂ ਦੀ 377 ਪੋਸਟਾਂ ਖਾਲੀ ਨੇ ਕਮਰਸ ਦੀਆਂ 232 ਪੋਸਟਾਂ ਫਿਜ਼ੀਕਲ ਐਜੂਕੇਸ਼ਨ 226 ਪੋਸਟਾਂ ਖਾਲੀ ਨੇ ਫਜੈਕਸ ਦੀਆਂ 216 ਪੋਸਟਾਂ ਜਿਹੜੀਆਂ ਉਹ ਖਾਲੀ ਪਈਆਂ ਨੇ ਤੇ ਇਸੇ ਤਰ੍ਹਾਂ ਬਾਇਓਲੋਜੀ ਦੀਆਂ 201 ਪੋਸਟਾਂ ਇਕਨੋਮਿਕਸ ਦੀਆਂ 186 ਪੋਸਟਾਂ ਇਸੇ ਤਰ੍ਹਾਂ ਮੈਥਮੈਟਿਕਸ ਦੀਆਂ 96 ਪੋਸਟਾਂ ਖਾਲੀ ਨੇ ਹਿੰਦੀ ਸਬਜੈਕਟ ਦੀਆਂ 43 ਪੋਸਟਾਂ ਜਿਹੜੀਆਂ ਖਾਲੀ ਪਈਆਂ ਨੇ ਇਸੇ ਤਰ੍ਹਾਂ ਜੀਓਗ੍ਰਾਫੀ ਦੀਆਂ 38 ਪੋਸਟਾਂ ਕੈਮਿਸਟਰੀ ਦੀਆਂ 31 ਪੋਸਟਾਂ ਫਾਈਨ ਆਰਟਸ ਦੀਆਂ 8 ਪੋਸਟਾਂ ਹੋਮ ਸਾਇੰਸ 13 ਪੋਸਟਾਂ 뮤직 8 ਪੋਸਟਾਂ ਤੇ ਸ਼ਿਸ਼ੋਲੋਜੀ ਇਹਦੀਆਂ ਵੀ ਤਕਰੀਬਨ 8 ਪੋਸਟਾਂ ਜਿਹੜੀਆਂ ਖਾਲੀ ਪਈਆਂ ਨੇ ਟੋਟਲ ਜੇਕਰ ਆਪਾਂ ਅਪਰੋਕਸੀਮੇਟ ਆਕੜਾ ਦੇਖੀਏ ਤਾਂ 3434 ਪੋਸਟਾਂ ਜਿਹੜੀਆਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਲੈਕਚਰਾਰ ਦੀਆਂ ਜੋ ਖਾਲੀ ਪਈਆਂ ਨੇ ਹਾਲਾਂਕਿ 343 ਪੋਸਟਾਂ ਤੇ ਹੁਣ ਲੈਕਚਰਾਰਾਂ ਦੀ ਭਰਤੀ ਆਈ ਹੋਈ ਹੈ ਜਿਦੇ ਵਿੱਚ ਕੇ ਪੰਜਾਬ ਆਪਣਾ ਹਿਸਟਰੀ ਦੀਆਂ ਲਗਭਗ 150 ਪੋਸਟ ਤੇ ਪੋਲੀਟੀਕਲ ਦੀ 70 80 ਦੇ ਨੇੜੇ-ਤੇੜੇ ਪੋਸਟਾਂ ਜਿਹੜੀ ਉਹ ਤਕਰੀਬਨ ਆਈ ਹੋਈ ਹੈ ਤਾਂ ਪੰਜਾਬੀ ਦੇ ਵਿੱਚ ਕੋਈ ਵੀ ਪੋਸਟਾਂ ਜਿਹੜੀ ਉਹ ਨਹੀਂ ਆਈ ਹੈ ਪਰ ਪੰਜਾਬੀ ਦੀਆਂ ਪੋਸਟਾਂ ਸਭ ਤੋਂ ਜ਼ਿਆਦਾ ਖਾਲੀ ਪਈਆਂ ਨੇ ਪੰਜਾਬ ਦੇ ਵਿੱਚ ਤਕਰੀਬਨ 700 ਦੇ ਤਕਰੀਬਨ ਪੰਜਾਬੀ ਲੈਕਚਰਾਰ ਦੀ ਪੋਸਟਾਂ ਜਿਹੜੀ ਖਾਲੀ ਹੈ ਆਹ ਸਾਰਾ ਕਿਡਰ ਤੇ ਆਪਾਂ ਇਹ ਸਰਕਾਰ ਅੱਗੇ ਅਪੀਲ ਕਰਦੇ ਆਂ ਕਿ ਇੱਕ ਤਾਂ ਜਿਹੜਾ 343 ਪੋਸਟਾਂ ਦਾ ਲੈਕਚਰਰ ਦਾ ਇਸ਼ਤਿਹਾਰ ਜਾਰੀ ਕੀਤਾ ਹੋਇਆ ਉਹਦਾ ਪੇਪਰ ਜਲਦੀ ਤੋਂ ਜਲਦੀ ਲਿਆ ਜਾਵੇ ਤੇ ਉਹਦਾ ਜਿਹੜੇ ਉਹ ਸਕੂਲਾਂ ਦੇ ਵਿੱਚ ਜਾ ਸਕਣਾਂ ਤੇ ਨਾਲ ਦੀ ਨਾਲ ਲੈਕਚਰਾਰਾਂ ਦੀ ਇੱਕ ਵੱਡੀ ਭਰਤੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 3500 ਦੇ ਤਕਰੀਬਨ 3500 ਪੋਸਟ ਖਾਲੀ ਪਈ ਹੈ ਪਰ ਭਰਤੀ ਸਿਰਫ 343 ਪੋਸਟਾਂ ਤੇ ਆਈ ਹੈ ਤਾਂ ਇਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਕੱਢੀਆਂ ਜਾਣਾ ਜਿਹਦੇ ਵਿੱਚ ਕਿ ਜਿਵੇਂ ਕਿ ਪੰਜਾਬੀ ਇੰਗਲਿਸ਼ ਹਿਸਟਰੀ ਪੋਲੀਟੀਕਲ ਕਮਰਸਲ ਫਿਜ਼ੀਕਲ ਤੇ ਫਿਜ਼ਿਕਸ ਇਹਨਾਂ ਸਾਰੇ ਸਬਜੈਕਟਾਂ ਦੀਆਂ 200 300 400 ਇਦਾਂ ਪੋਸਟਾਂ ਖਾਲੀ ਨੇ ਇਹਨਾਂ ਸਬਜੈਕਟਾਂ ਦੀ ਵੱਡੀ ਗਿਣਤੀ ਦੇ ਵਿੱਚ ਪੋਸਟ ਆਵੇ ਤਾਂ ਜੋ ਕੇਡਰ ਜਿਹੜਾ ਉਹ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਾ ਸਕੇ ਫਿਲਹਾਲ ਦੇ ਲਈ ਆਪਣੇ ਕੋਲੇ ਇਹ ਲੈਕਚਰਰ ਦੀ ਅਪਡੇਟ ਸੀਗੀ ਇਸ ਤੋਂ ਬਾਅਦ ਆਪਾਂ ਮਾਸਟਰ ਕੇਡਰ ਦੀ ਹਰ ਇੱਕ ਸਬਜੈਕਟ ਵਾਈਜ਼ ਅਪਡੇਟ ਤੁਹਾਨੂੰ ਦੱਸਾਂਗੇ ਕਿ ਕਿ ਕਿਹੜੇ ਸਬਜੈਕਟ ਦੀ ਕਿੰਨੀ ਪੋਸਟਾਂ ਜਿਹੜੀ ਉਹ ਖਾਲੀ ਪਈ ਹੈ ਤੁਸੀਂ ਵੀਡੀਓ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤੇ ਵੀਡੀਓ ਨੂੰ ਬਤਵਾ-ਬਤ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਤੱਕ ਹਰ ਇੱਕ ਅਪਡੇਟ ਪਹੁੰਚਦੀ ਰਹੇ ਬਹੁਤ ਜਲਦ ਆਪਾਂ ਮਾਸਟਰ ਕੈਡਰ ਤੇ ਵੀ ਵੀਡੀਓ ਬਣਾਵਾਂਗੇ ਕਿ ਕਿਹੜੇ ਸਬਜੈਕਟ ਦੀ ਕਿੰਨੀਆਂ ਜਿਹੜੀ ਪੋਸਟਾਂ ਉਹ ਵੀਕਐਂਡ ਪਈ ਹੈ ਵੀਡੀਓ ਨੂੰ ਬਤਵਾ-ਬਤ ਸ਼ੇਅਰ ਕਰ ਦਿਓ ਜੇਕਰ ਜਾਣਕਾਰੀ ਵਧੀਆ ਲੱਗੀ ਥੈਂਕ ਯੂ ਸੋਮ